ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਸਿੱਧੂ ਚੱਕਵਾਲਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਅਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਕੀ ਬਣ ਰਿਹਾ ਇਹ ਚੁੱਲ੍ਹੇ 'ਤੇ। ਅਤੇ ਮਾਤਾ ਜੀ ਬੈਠੇ ਨੇ ਅਤੇ ਮਿੱਠੀ ਮੱਠੀ ਅੱਗ 'ਤੇ ਪਾਥੀਆਂ ਲੱਕੜਾਂ ਲਾ ਕੇ ਅਤੇ ਚੁੱਲ੍ਹੇ ਦੇ ਵਿੱਚ ਅੱਜ ਬਣ ਰਿਹਾ ਸਾਗ, ਅਤੇ ਜਿਹੜਾ ਕਿ ਦੇਸੀ ਤਰੀਕੇ ਦੇ ਨਾਲ ਬਣਦਾ। ਕੱਲ੍ਹ ਲਿਆਂਦਾ ਸੀਗਾ, ਚੀਰਿਆ, ਸਵਾਰਿਆ, ਧੋਤਾ, ਇਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੀਆਂ ਜੜੀਆਂ ਬੂਟੀਆਂ ਪਾਈਆਂ, ਇਹਦੇ ਵਿੱਚ ਪਾਲਕ, ਧਨੀਆ, ਮੇਥੇ ਪਾਇਆ ਨਾ, ਮਤਲਬ ਹੋਰ ਕੀ ਪਾਇਆ, ਬਾਥੂ, ਹੋਰ ਸਾਗ, ਅਤੇ ਬਾਕੀ ਲਸਣ, ਗੰਢਾ, ਅਦਰਕ, ਜੋ ਵੀ ਸਮਾਨ ਪੈਂਦਾ, ਮਿਰਚ, ਹਲਦੀ, ਉਹ ਤਾਂ ਪਾਇਆ, ਹਲਦੀ ਨਹੀਂ ਪੈਂਦੀ, ਅੱਛਾ, ਅਤੇ ਜੋ ਵੀ ਪਾਇਆ ਹੈ ਨਾ। ਅਤੇ ਇਹ 11 ਵਜੇ ਦਾ ਚੁੱਲ੍ਹੇ 'ਤੇ ਰਿੱਝਣਾ ਸ਼ੁਰੂ ਹੋਇਆ ਅਤੇ ਸ਼ਾਮ ਨੂੰ 7 ਵਜੇ ਤੱਕ ਚੁੱਲ੍ਹੇ ਤੋਂ ਲਾਇਆ ਜਾਊਗਾ ਇਹ, ਅਤੇ ਇੰਨੇ ਘੰਟੇ ਲੱਗ ਜਾਂਦੇ ਸਾਗ ਬਣਾਉਣ 'ਤੇ। ਅਤੇ ਜੋ ਚੁੱਲ੍ਹੇ 'ਤੇ ਸਾਗ ਬਣਦਾ ਨਜ਼ਾਰਾ ਆਉਂਦਾ, ਉਹ ਕਿਤੇ ਕੁੱਕਰਾਂ ਦੇ ਵਿੱਚ ਨਹੀਂ ਹੈਗਾ। ਕੁੱਕਰਾਂ ਵਾਲਾ ਸਾਗ ਜਿਹੜਾ ਸਵਾਦ ਨਹੀਂ ਬਣਦਾ ਗਾ, ਅਤੇ ਦੇਸੀ ਤਰੀਕੇ ਦੁਆਰਾ ਬਣਾਇਆ ਗਿਆ ਸਾਗ ਜਿਹੜਾ, ਇਹ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਊਗਾ, ਜਿਵੇਂ ਜਿਵੇਂ ਇਹਨੂੰ ਤੜਕੇ ਲੱਗਦੇ ਰਹਿਣਗੇ, ਉਵੇਂ ਉਵੇਂ ਇਹਦਾ ਟੇਸਟ ਹੋਰ ਬਰਕਰਾਰ ਹੁੰਦਾ ਜਾਊਗਾ, ਵੈਰੀ ਟੇਸਟੀ ਬਣਦਾ ਜਾਊਗਾ। ਅਤੇ ਕਿਹਨੂੰ ਚੁੱਲ੍ਹੇ ਦਾ ਸਾਗ ਜਿਹੜਾ ਬਣਿਆ ਹੋਇਆ ਖਾਣਾ ਪਸੰਦ ਆ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ, ਅਤੇ ਕਿਹਦੇ ਕਿਹਦੇ ਘਰ ਅੱਜ ਸਾਗ ਬਣਿਆ ਹੋਇਆ ਉਹ ਵੀ ਕਮੈਂਟ ਕਰਕੇ ਦੱਸਿਆ ਜੇ। ਅਤੇ ਇਹ ਘੱਟੋ ਘੱਟ ਚੱਲੇਗਾ ਇੱਕ ਹਫ਼ਤਾ ਚੱਲੇਗਾ ਸਾਗ ਇਹ। ਅਤੇ ਜਿਵੇਂ ਕਿ ਇੱਕ ਡੰਗ ਸਾਗ ਦਾ ਅਤੇ ਇੱਕ ਦਾਲ ਜਾਂ ਸਬਜ਼ੀ ਦਾ ਇਸ ਤਰ੍ਹਾਂ ਯੂਜ਼ ਹੋਏਗਾ ਇਹ। ਅਤੇ ਇਹ ਲੱਕੜਾਂ ਬਾਲਣ ਸਾਡੇ ਕੋਲ ਪਿਆ ਹੋਰ ਵੀ, ਅਤੇ ਸਾਡੇ ਕੋਲ ਹਾਰਾ ਵੀ ਹੈਗਾ, ਤੰਦੂਰ ਵੀ ਆ, ਠੀਕ ਆ, ਅਤੇ ਬਾਲਣ, ਲੱਕੜ ਬਾਲਣ, ਪਾਥੀਆਂ, ਸਭ ਕੁਛ ਇੰਤਜ਼ਾਮ ਰੱਖੀ ਦਾ ਸਰਦੀ ਦੇ ਵਿੱਚ। ਅਤੇ ਸਾਗ ਜਦੋਂ ਘਰ ਸਾਡੇ ਬਣਦਾ ਜਾਂ ਦਾਲ ਬਣਦੀ ਆ, ਦਾਲ ਸਾਡੀ ਹਾਰੇ ਦੇ ਵਿੱਚ ਬਣਦੀ ਆ, ਕੁੱਜੇ ਦੇ ਵਿੱਚ ਬਣਦੀ ਆ, ਅਤੇ ਜਿਹੜਾ ਸਾਗ ਬਣਦਾ ਇਹ ਚੁੱਲ੍ਹੇ 'ਤੇ ਬਣਦਾ। ਅਤੇ ਛੁੱਟੀ ਵਾਲੇ ਦਿਨ ਰੋਟੀਆਂ ਵੀ ਜਿਹੜੀਆਂ ਚੁੱਲ੍ਹੇ 'ਤੇ ਬਣਦੀਆਂ, ਜਿਵੇਂ ਕਿ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਆ ਦੇਖੋ, ਅਤੇ ਆਹ ਮੱਧਣੀ ਦੇ ਨਾਲ ਮਾਤਾ ਜੀ ਹੁਣ ਇਹਨੂੰ ਹਿਲਾਉਣਗੇ, ਇਹਨੂੰ ਮੱਧਣੀ ਕਹਿੰਦੇ ਆ, ਠੀਕ ਆ। ਮੱਧਣੀ ਦੇ ਨਾਲ ਹੀ ਇਹ ਸ਼ਾਮ ਨੂੰ ਆਲਣ ਪਾ ਕੇ, ਬਹੁਤ ਜਣਿਆਂ ਨੂੰ ਤਾਂ ਆਲਣ ਦਾ ਹੀ ਨਹੀਂ ਪਤਾ ਹੋਣਾ ਗਾ, ਥੋੜ੍ਹਾ ਥੋੜ੍ਹਾ ਆਟਾ ਧੋੜ ਕੇ ਇਹਦੇ ਵਿੱਚ, ਅਤੇ ਉਹਦੇ ਨਾਲ ਮੱਧਣੀ ਦੇ ਨਾਲ ਇਹਨੂੰ ਘੋਟਿਆ ਜਾਊਗਾ। ਸ਼ਹਿਰਾਂ ਦੇ ਵਿੱਚ ਕੀ ਕਰਦੇ ਆ, ਗ੍ਰਾਈਂਡਰ ਦੇ ਨਾਲ ਘੋਟਦੇ ਆ, ਜਿਹੜਾ ਮੱਧਣੀ ਦੇ ਨਾਲ ਘੋਟਿਆ ਹੋਇਆ ਸਾਗ ਆ ਉਹਦਾ ਸਵਾਦ ਹੀ ਵੱਖਰਾ। ਅਤੇ ਆਹ ਦੇਖੋ, ਮਾਤਾ ਜੀ ਚੈੱਕ ਕਰ ਰਹੇ ਆ ਵੀ ਸਾਗ ਜਿਹੜਾ ਬਣਨਾ ਤਕਰੀਬਨ ਸ਼ੁਰੂ ਹੋ ਚੁੱਕਿਆ, ਪਰੰਤੂ ਇਹਨੂੰ ਫਿਰ ਵੀ 7 ਵਜੇ ਤੱਕ ਚੁੱਲ੍ਹੇ ਦੇ ਉੱਪਰੋਂ ਲਾਇਆ ਜਾਊਗਾ। ਆਹ ਦੇਖੋ, ਸੇਕ ਪੂਰਾ ਚੱਲ ਰਿਹਾ, ਆਹ ਦੇਖੋ ਅੱਗ ਬਲ ਰਹੀ ਆ, ਅਤੇ ਮਾਤਾ ਜੀ ਉਦੋਂ ਦੇ ਚੁੱਲ੍ਹੇ ਦੇ ਮੂਹਰੇ ਹੀ ਬੈਠੇ ਆ। ਅਤੇ ਫਿਰ ਢੱਕਤਾ ਇਹਨੂੰ, ਅਤੇ 7 ਵਜੇ ਤੱਕ ਇਹਨੂੰ ਇੱਥੋਂ ਲਾਇਆ ਜਾਊਗਾ, ਅਤੇ ਫਿਰ ਘੱਟੋ ਘੱਟ ਇਹਨੂੰ 1.5 ਘੰਟਾ ਘੋਟਣ 'ਤੇ ਲੱਗੂਗਾ। ਅਤੇ 1.5 ਘੰਟਾ ਜਿਹੜਾ ਘੋਟਿਆ ਗਿਆ ਸਾਗ ਜਿਹੜਾ, ਘੋਟ ਘੋਟ ਕੇ ਇਹ ਹੋਰ ਬਹੁਤ ਵਧੀਆ ਬਣ ਜੂਗਾ। ਅਤੇ ਹੁਣ ਪ੍ਰਭਦੀਪ ਦਾ ਟਾਈਮ ਹੋ ਗਿਆ, ਦਾਦੀ ਜੀ ਨੇ ਪ੍ਰਭ ਨੂੰ ਵੈਨ ਤੋਂ ਉਤਾਰਨ ਚੱਲੇ ਆ, ਅਤੇ ਸਾਗ ਜਿਹੜਾ ਇਸੇ ਤਰ੍ਹਾਂ ਹੀ ਉਬਲਦਾ ਰਹੂਗਾ। ਅਤੇ ਅਗਰ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਗਾ, ਤਾਂ ਜਦੋਂ ਵੀ ਅਸੀਂ ਤੁਹਾਡੇ ਲਈ ਇੱਦਾਂ ਦੀ ਕੋਈ ਵੀਡੀਓ ਪਾਈਏ ਤੁਸੀਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਿੱਧਾ ਪ੍ਰਾਪਤ ਹੋ ਸਕੇ। ਤਾਂ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।